सरदार प्रकाश सिंह बादल ने अपना राजनीतिक सफर पिंड की सरपंची तो शुरू किया सी ते ओ पांच बार पंजाब के मुख्यमंत्री बने। सरदार प्रकाश सिंह बादल का जन्म 8 दिसंबर 1927 नूं मलोट के नेड़े पिंड अबल खुराणा दे विच होया सी। प्रकाश सिंह बादल का सियासी सफर उन्हां दे पिंड की सरपंची तो शुरू होया सी। जेकर राजनीतिक अते सियासी जीवन की गल करिए तां सरदार प्रकाश सिंह बादल दे उपर ज्ञानी करतार सिंह अते मास्टर तारा सिंह का काफी ज्यादा प्रभाव सी। सरदार बादल ने अपनी जिंदगी का काफी लंबा समा जेलां दे विच भी गुजारिया है। 1947 ਦੇ ਵਿੱਚ ਉਹ ਆਪਣੇ ਪਿੰਡ ਤੋਂ ਸਰਪੰਚ ਬਣੇ ਸਨ ਤੇ 1957 ਦੇ ਵਿੱਚ ਉਹ ਪਹਿਲੀ ਵਾਰ ਐਮਐਲਏ ਬਣੇ ਸਨ ਤੇ ਉਸ ਤੋਂ ਬਾਅਦ ਹੀ ਉਹਨਾਂ ਦੇ ਸਿਆਸੀ ਜੀਵਨ ਨੇ ਰਫ਼ਤਾਰ ਫੜੀ ਸੀ ਤੇ ਫਿਰ 1966 ਦੇ ਵਿੱਚ ਅਕਾਲੀ ਦਲ ਵੱਲੋਂ ਪੰਜਾਬੀ ਸੂਬਾ ਮੋਰਚਾ ਲਗਾਇਆ ਜਾਂਦਾ ਹੈ ਤੇ ਬੋਲੀ ਦੇ ਆਧਾਰ ਤੇ ਪੰਜਾਬ ਦੀ ਮੰਗ ਕੀਤੀ ਜਾਂਦੀ ਹੈ ਤੇ ਫਿਰ 18 ਸਤੰਬਰ 1966 ਨੂੰ ਲੋਕ ਸਭਾ ਦੇ ਵਿੱਚ ਪੰਜਾਬ ਰੈਕੋਗਨਾਈਜੇਸ਼ਨ ਬਿੱਲ ਪਾਸ ਕੀਤਾ ਜਾਂਦਾ ਹੈ ਤੇ ਫਿਰ 1 ਨਵੰਬਰ 1966 ਨੂੰ ਪੰਜਾਬ ਅਤੇ ਹਰਿਆਣੇ ਨੂੰ ਭਾਸ਼ਾ ਦੇ ਆਧਾਰ ਤੇ ਅਲੱਗ-ਅਲੱਗ ਸੂਬਾ ਬਣਾ ਦਿੱਤਾ ਜਾਂਦਾ ਹੈ। 1969 ਦੇ ਵਿੱਚ ਸਰਦਾਰ ਬਾਦਲ ਪੰਜਾਬ ਦੇ ਪੰਚਾਇਤੀ ਰਾਜ ਅਤੇ ਕਮਿਊਨਿਟੀ ਮੰਤਰੀ ਬਣੇ ਸਨ। 1970 ਦੇ ਵਿੱਚ ਮੁੱਖ ਮੰਤਰੀ ਗੁਰਨਾਮ ਸਿੰਘ ਦੇ ਅਸਤੀਫੇ ਤੋਂ ਬਾਅਦ ਪੰਜਾਬ ਦੇ ਵਿੱਚ ਅਕਾਲੀ ਦਲ ਅਤੇ ਜਨਸੰਘ ਦੀ ਸਾਂਝੀ ਸਰਕਾਰ ਆਉਂਦੀ ਹੈ ਤੇ ਵਿੱਚ ਸਰਦਾਰ ਬਾਦਲ ਪਹਿਲੀ ਵਾਰ ਮੁੱਖ ਮੰਤਰੀ ਬਣਦੇ ਨੇ ਤੇ ਉਹ ਮੁੱਖ ਮੰਤਰੀ ਬਣਨ ਵਾਲੇ ਸਭ ਤੋਂ ਛੋਟੀ ਉਮਰ ਦੇ ਵਿਅਕਤੀ ਹੁੰਦੇ ਨੇ। ਅੱਜ ਵੀ ਦੇਸ਼ ਦੇ ਵਿੱਚ ਸਭ ਤੋਂ ਛੋਟੀ ਉਮਰ ਦੇ ਮੁੱਖ ਮੰਤਰੀ ਦਾ ਰਿਕਾਰਡ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਹੈ ਤੇ ਫਿਰ ਪੰਜਾਬ ਦੇ ਵਿੱਚ ਐਮਰਜੈਂਸੀ ਦਾ ਦੌਰ ਆਉਂਦਾ ਹੈ ਤੇ ਪੰਜਾਬ ਨੂੰ ਕਾਫੀ ਔਖੇ ਸਮੇਂ ਦੇ ਵਿੱਚੋਂ ਲੰਘਣਾ ਪੈਂਦਾ ਹੈ ਤੇ ਫਿਰ 1975 ਦੇ ਵਿੱਚ ਸਰਦਾਰ ਬਾਦਲ ਫਿਰ ਤੋਂ ਮੋਰਚਾ ਲਾਉਂਦੇ ਨੇ। ਜੇਕਰ ਸਿਆਸੀ ਮਾਰਾਂ ਦੀ ਮੰਨੀ ਹੈ ਤਾਂ ਉਸ ਸਮੇਂ 43,000 ਸਿੰਘਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਸਨ ਤੇ ਉਸ ਸਮੇਂ ਸਰਦਾਰ ਬਾਦਲ ਨੇ ਆਪਣੀ ਲੜਕੀ ਦੀ ਡੋਲੀ ਤੋੜਨ ਦੇ ਲਈ ਮਿਲੀ ਪਰੋਲ ਤੇ ਵੀ ਜਾਣ ਤੋਂ ਇਨਕਾਰ ਕਰ ਦਿੱਤਾ ਸੀ। 1977 ਦੇ ਵਿੱਚ ਦੇਸ਼ ਦੇ ਵਿੱਚ ਜਨਤਾ ਪਾਰਟੀ ਦੀ ਸਰਕਾਰ ਆ ਜਾਂਦੀ ਹੈ ਤੇ ਉਸ ਸਰਕਾਰ ਦੇ ਵਿੱਚ ਸਰਦਾਰ ਬਾਦਲ ਨੂੰ ਖੇਤੀਬਾੜੀ ਅਤੇ ਸਿੰਚਾਈ ਮੰਤਰੀ ਬਣਾਇਆ ਜਾਂਦਾ ਹੈ। ਪਰ ਸਰਦਾਰ ਬਾਦਲ ਕੁਝ ਸਮਾਂ ਮੰਤਰੀ ਰਹਿਣ ਤੋਂ ਬਾਅਦ ਆਪਣਾ ਸਿਆਸੀ ਸਫ਼ਰ ਫਿਰ ਤੋਂ ਪੰਜਾਬ ਤੋਂ ਸ਼ੁਰੂ ਕਰਦੇ ਨੇ ਤੇ ਫਿਰ 1977 ਦੇ ਵਿੱਚ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗੱਠਜੋੜ ਵਾਲੀ ਸਰਕਾਰ ਬਣਦੀ ਹੈ ਤੇ ਸਰਦਾਰ ਬਾਦਲ ਇਸ ਸਰਕਾਰ ਦੇ ਵਿੱਚ ਫਿਰ ਤੋਂ ਮੁੱਖ ਮੰਤਰੀ ਬਣਦੇ ਨੇ। 17 ਫਰਵਰੀ 1980 ਨੂੰ ਪੰਜਾਬ ਦੇ ਵਿੱਚ ਫਿਰ ਤੋਂ ਇੱਕ ਵਾਰ ਐਮਰਜੈਂਸੀ ਦਾ ਦੌਰ ਆਉਂਦਾ ਹੈ। ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਸਰਦਾਰ ਬਾਦਲ ਕਾਫੀ ਜ਼ਿਆਦਾ ਤਜਰਬੇਕਾਰ ਲੀਡਰ ਸਨ ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਕਾਫੀ ਉਤਰਾਅ ਚੜ੍ਹਾਅ ਆਏ ਸਨ। ਪੰਜਾਬ ਔਖੇ ਦੌਰ ਦੇ ਵਿੱਚੋਂ ਨਿਕਲਿਆ ਹੀ ਸੀ ਕਿ 1991 ਦੇ ਵਿੱਚ ਜਿਹੜੇ ਅਸੈਂਬਲੀ ਇਲੈਕਸ਼ਨ ਹੋਣੇ ਸਨ ਉਹਨਾਂ ਨੂੰ ਇੱਕ ਦਿਨ ਪਹਿਲਾਂ ਹੀ ਰੱਦ ਕਰ ਦਿੱਤਾ ਗਿਆ ਤੇ ਇਸ ਦੇ ਰੋਸ ਵਜੋਂ ਅਕਾਲੀ ਦਲ ਨੇ 1992 ਦੇ ਵਿੱਚ ਅਸੈਂਬਲੀ ਇਲੈਕਸ਼ਨਾਂ ਦਾ ਬਾਈਕਾਟ ਕਰ ਦਿੱਤਾ ਤੇ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਆ ਜਾਂਦੀ ਹੈ ਤੇ ਕਾਂਗਰਸ ਸਰਕਾਰ ਦੇ 5 ਸਾਲ ਪੂਰੇ ਕਰਨ ਤੋਂ ਬਾਅਦ ਤੀਜੀ ਵਾਰ ਫਿਰ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ 1997 ਦੇ ਵਿੱਚ ਮੁੱਖ ਮੰਤਰੀ ਬਣ ਜਾਂਦੇ ਨੇ। ਇਸ ਦੌਰਾਨ ਹੀ ਸਰਦਾਰ ਬਾਦਲ ਨੇ ਪੰਜਾਬ ਦੇ ਲੋਕਾਂ ਦੇ ਵਿੱਚ ਸੰਗਤ ਦਰਸ਼ਨ ਪ੍ਰੋਗਰਾਮ ਕਰਨੇ ਸ਼ੁਰੂ ਕਰ ਦਿੱਤੇ ਤੇ ਉਹ ਕਾਫੀ ਲੋਕਾਂ ਦੇ ਵਿੱਚ ਵਿਚਰਨ ਲੱਗੇ। 1997 ਦੀ ਹੀ ਉਹਨਾਂ ਦੀ ਟਰਮ ਦੇ ਵਿੱਚ ਸਰਦਾਰ ਬਾਦਲ ਵੱਲੋਂ ਰਣਜੀਤ ਸਾਗਰ ਡੈਮ ਤੇ ਲਹਿਰਾ ਮੁਹੱਬਤ ਪਲਾਂਟ ਤੇ ਸ਼ਾਹਪੁਰ ਕੰਡੀ ਵਿਖੇ ਪੰਜਾਬ ਦਾ ਕਾਰੋਬਾਰ ਵਧਾਉਣ ਦੇ ਲਈ ਫੋਕਲ ਪੁਆਇੰਟ ਬਣਾਏ ਗਏ। ਪਰ ਸਨ 2002 ਦੇ ਵਿੱਚ ਕਾਂਗਰਸ ਮੁੜ ਤੋਂ ਸੱਤਾ ਦੇ ਵਿੱਚ ਆ ਜਾਂਦੀ ਹੈ ਤੇ ਉਸ ਦੇ ਵਿੱਚ ਪਹਿਲੀ ਵਾਰ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣਦੇ ਨੇ ਤੇ ਫਿਰ ਸਨ 2007 ਦੇ ਵਿੱਚ ਸਰਦਾਰ ਬਾਦਲ ਪੰਜਾਬ ਦੇ ਫਿਰ ਤੋਂ ਚੌਥੀ ਵਾਰ ਮੁੱਖ ਮੰਤਰੀ ਬਣਦੇ ਨੇ। ਇਸ ਦੌਰਾਨ ਹੀ ਉਹਨਾਂ ਨੇ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਨਿਰਮਾਣ ਕਰਾਇਆ ਤੇ ਪੰਜਾਬ ਨੂੰ 12,000 ਮੈਗਾਵਾਟ ਬਿਜਲੀ ਪੈਦਾ ਕਰਨ ਵਾਲਾ ਸੂਬਾ ਬਣਾਇਆ ਤੇ ਖੇਤੀਬਾੜੀ ਦੇ ਲਈ ਮੁਫਤ ਬਿਜਲੀ ਦਾ ਐਲਾਨ ਵੀ ਉਹਨਾਂ ਨੇ ਆਪਣੀ ਇਸ ਟਰਮ ਦੇ ਦੌਰਾਨ ਹੀ ਕੀਤਾ ਸੀ। ਇਹੀ ਟਰਮ ਦੇ ਦੌਰਾਨ ਹੀ ਉਹਨਾਂ ਨੇ ਟਰੈਕਟਰ ਟਰਾਲੀਆਂ ਨੂੰ ਰੋਡ ਟੈਕਸ ਤੋਂ ਛੋਟ ਦਿਵਾਈ ਸੀ ਤੇ ਚੁੰਗੀ ਨੂੰ ਵੀ ਹਟਾਇਆ ਸੀ ਤੇ 2007 ਦੇ ਵਿੱਚ ਹੀ ਸਰਦਾਰ ਬਾਦਲ ਨੇ ਆਟਾ ਦਾਲ ਸਕੀਮ ਅਤੇ ਸ਼ਗਨ ਸਕੀਮਾਂ ਚਲਾਈਆਂ ਸਨ। ਇਸ ਟਰਮ 'ਚ ਹੀ ਉਹਨਾਂ ਨੇ ਵਿਰਾਸਤ ਏ ਖਾਲਸਾ, ਜੰਗੇ ਆਜ਼ਾਦੀ, ਚੱਪੜ ਚਿੜੀ ਯਾਦਗਾਰ ਤੇ ਪੰਜਾਬ ਸਟੇਟ ਵਾਰ ਮੈਮੋਰੀਅਲ ਬਣਾਏ ਸਨ। ਸਾਲ 2011 ਦੇ ਵਿੱਚ ਅਕਾਲ ਤਖਤ ਵੱਲੋਂ ਸਰਦਾਰ ਬਾਦਲ ਨੂੰ ਪੰਥ ਰਤਨ ਤੇ ਫਕਰੇ ਕੌਮ ਦੇ ਨਾਲ ਨਵਾਜਿਆ ਗਿਆ। 2015 ਦੇ ਵਿੱਚ ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਪਦਮ ਭੂਸ਼ਣ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਤੇ 2012 ਦੇ ਵਿੱਚ ਪੰਜਵੀਂ ਵਾਰ ਸਰਦਾਰ ਬਾਦਲ ਫਿਰ ਤੋਂ ਪੰਜਾਬ ਦੇ ਮੁੱਖ ਮੰਤਰੀ ਬਣੇ ਤੇ ਉਹਨਾਂ ਦੇ ਨਾਮ ਹੀ ਇਹ ਰਿਕਾਰਡ ਹੈ ਕਿ ਉਹ ਸਭ ਤੋਂ ਛੋਟੀ ਉਮਰ ਦੇ ਤੇ ਸਭ ਤੋਂ ਵੱਡੀ ਉਮਰ ਦੇ ਮੁੱਖ ਮੰਤਰੀ ਰਹੇ ਹਨ ਇੰਡੀਆ ਦੇ ਵਿੱਚ ਤੇ ਸ਼ਾਇਦ ਹੀ ਇੰਡੀਆ ਦੀ ਹਿਸਟਰੀ ਦੇ ਵਿੱਚ ਕਿਸੇ ਹੋਰ ਸਿਆਸਤਦਾਨ ਨੂੰ ਇਹ ਪ੍ਰਾਪਤੀ ਮਿਲੀ ਹੋਵੇ। ਸਰਦਾਰ ਬਾਦਲ ਦੇ ਸਿਆਸੀ ਕੈਰੀਅਰ ਦੇ ਵਿੱਚ ਸ਼ੁਰੂ ਤੋਂ ਹੀ ਉਹਨਾਂ ਦੇ ਨਾਲ ਵਿਵਾਦ ਚੱਲਦੇ ਰਹੇ ਨੇ। 25 ਅਪ੍ਰੈਲ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ 94 ਸਾਲ ਦੀ ਉਮਰ ਦੇ ਵਿੱਚ ਸਰਦਾਰ ਬਾਦਲ ਨੇ ਆਪਣੇ ਆਖਰੀ ਸਵਾਸ ਲਏ ਤੇ ਆਪਣੇ ਜੀਵਨ ਨੂੰ ਪੂਰਾ ਕਰ ਗਏ। ਇਹ ਸਨ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਜੁੜੀ ਹੋਈ ਕੁਝ ਜਾਣਕਾਰੀ। ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋ ਟੀਵੀ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਧੰਨਵਾਦ।